ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਸਟੂਡੈਂਟ ਅਟੈਂਡੈਂਸ ਲਿਸਟ। ਉਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਉੱਪਰਲੀ ਲਾਈਨਸ ਨੂੰ ਮਰਜ ਕਰਾਂਗੇ। ਇਸ ਲਈ ਅਸੀਂ ਫਾਰਮੈਟ 'ਤੇ ਜਾ ਕੇ ਸੈਲਸ 'ਤੇ ਕਲਿੱਕ ਕਰਨ ਤੋਂ ਬਾਅਦ ਅਲਾਈਨਮੈਂਟ 'ਤੇ ਕਲਿੱਕ ਕਰਕੇ ਮਰਜ ਸੈਲਸ 'ਤੇ ਕਰਕੇ ਓਕੇ ਕਰਾਂਗੇ। ਮਰਜ ਸੈੱਲ ਕਰਨ 'ਤੇ ਕੀ ਹੋਏਗਾ, ਜੋ ਤੁਹਾਨੂੰ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜੋ ਜੋ ਤੁਸੀਂ ਇਸ ਜਗ੍ਹਾ ਸੈੱਲ ਦੇਖ ਰਹੇ ਹੋ, ਜਿਨ੍ਹਾਂ ਨੂੰ ਅਸੀਂ ਸਿਲੈਕਟ ਕੀਤਾ ਹੋਇਆ ਹੈ, ਇਹ ਸਾਰੇ ਸੈੱਲ ਜੋ ਅਲੱਗ ਅਲੱਗ ਹਨ ਜੀ, ਇਹ ਇੱਕ ਜਗ੍ਹਾ ਹੋ ਜਾਣਗੇ। ਮਰਜ ਸੈੱਲ 'ਤੇ ਅਸੀਂ ਕਲਿੱਕ ਕੀਤਾ, ਹੁਣ ਅਸੀਂ ਓਕੇ ਕਰਾਂਗੇ। ਓਕੇ ਕਰਨ 'ਤੇ ਬਹੁਤ ਜ਼ਿਆਦਾ ਸੈੱਲਸ ਹਨ ਜੋ ਕਿ ਇੱਕ ਸੈੱਲ ਵਿੱਚ ਬਦਲ ਚੁੱਕੇ ਹਨ। ਅਸੀਂ ਇਸ ਨੂੰ ਕੈਪੀਟਲ ਲੈਟਰ ਵਿੱਚ ਲਿਖਾਂਗੇ, ਸਟੂਡੈਂਟ ਅਟੈਂਡਸ ਲਿਸਟ। ਇਸ ਤੋਂ ਬਾਅਦ ਅਸੀਂ ਇਸ ਸੈੱਲ ਨੂੰ ਸਿਲੈਕਟ ਕਰਾਂਗੇ ਅਤੇ ਸੈਂਟਰ 'ਚ ਕਲਿੱਕ ਕਰਾਂਗੇ। ਇਸ ਨਾਲ ਸਟੂਡੈਂਟ ਅਟੈਂਡਸ ਲਿਸਟ ਜੋ ਕਿ ਸੈਂਟਰ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਅਸੀਂ ਫਾਰਮੈਟ ਦੇ ਵਿੱਚ ਜਾ ਕੇ ਸੈਲਸ 'ਤੇ ਕਲਿੱਕ ਕਰਕੇ ਪੈਟਰਨ 'ਤੇ ਕਲਿੱਕ ਕਰਨ ਤੋਂ ਬਾਅਦ ਸਟੂਡੈਂਟ ਅਟੈਂਡ ਲਿਸਟ ਦੀ ਬੈਕਗ੍ਰਾਊਂਡ ਅਸੀਂ ਚੇਂਜ ਕਰ ਰਹੇ ਹਾਂ। ਇਸ ਵਿੱਚ ਅਸੀਂ ਇਸ ਕਲਰ ਨੂੰ ਲੈ ਰਹੇ ਹਾਂ, ਓਕੇ ਕਰਾਂਗੇ। ਇਸ ਤੋਂ ਬਾਅਦ ਪਹਿਲਾਂ ਅਸੀਂ ਰੋਲ ਨੰਬਰ ਲਿਖਾਂਗੇ, ਫਿਰ ਨੇਮ, ਫਿਰ 1 to 31, ਕਿਉਂਕਿ ਮੰਥ ਦੇ ਅਕੋਰਡਿੰਗਲੀ ਅਸੀਂ ਅਟੈਂਡੈਂਸ ਲਿਸਟ ਬਣਾਉਣ ਜਾ ਰਹੇ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਐਬਸੈਂਟ, ਪ੍ਰੈਜੈਂਟ, ਲੀਵ ਅਤੇ ਟੋਟਲ ਲੈਕਚਰ ਬਾਰੇ ਜਾਣਕਾਰੀ ਦੇਵਾਂਗੇ ਕਿ ਉਸਨੇ ਕਿੰਨੀ ਐਬਸੈਂਟਸ ਕੀਤੀਆਂ ਇੱਕ ਮਹੀਨੇ ਵਿੱਚ, ਅਤੇ ਕਿੰਨੀ ਵਾਰੀ ਉਹ ਪ੍ਰੈਜੈਂਟਸ ਹੋਇਆ, ਅਤੇ ਕਿੰਨੀ ਵਾਰੀ ਉਸਨੇ ਲੀਵ ਦਿੱਤੀਆਂ, ਅਤੇ ਟੋਟਲ ਲੈਕਚਰ ਉਸਨੇ ਕਿੰਨੇ ਅਟੈਂਡ ਕੀਤੇ। ਇਸ ਲਈ ਅਸੀਂ ਪਹਿਲਾਂ 1 ਅਤੇ 2 ਇਸ ਵਿੱਚ ਲਿਖਿਆ। ਇਸ ਤੋਂ ਬਾਅਦ ਤੁਸੀਂ ਇਸ ਨੂੰ ਸਿਲੈਕਟ ਕਰਕੇ, ਅਗਰ ਤੁਸੀਂ ਇਸ ਨੂੰ ਇਸ ਜਗ੍ਹਾ ਡਰੈਗ ਕਰੋਗੇ, ਇਸ ਨਾਲ ਕੀ ਹੋਏਗਾ, ਤੁਸੀਂ ਦੇਖ ਰਹੇ ਹੋ ਕਿ ਜਿਉਂ ਜਿਉਂ ਮੈਂ ਸੈਲਸ ਨੂੰ ਸਿਲੈਕਟ ਕਰਦਾ ਜਾ ਰਿਹਾ ਹਾਂ, ਤੁਹਾਡੇ ਸਾਹਮਣੇ 15, 16, 17 ਦੀ ਰੇਸ਼ੋ 'ਚ ਤੁਸੀਂ ਦੇਖ ਰਹੇ ਹੋ ਕਿ ਸੈੱਲ ਹੈ ਜੋ ਇਨਕਰੀਜ਼ ਹੋ ਰਿਹਾ ਹੈ। ਇਸ ਤਰੀਕੇ ਨਾਲ ਅਸੀਂ 31 ਡੇ ਤੱਕ ਕਰਾਂਗੇ, ਕਿਉਂਕਿ ਇੱਕ 1 ਮੰਥ ਦੇ ਵਿੱਚ 31 ਡੇ ਹੁੰਦੇ ਹਨ। ਇਸ ਤਰੀਕੇ ਨਾਲ ਅਸੀਂ ਡਰੈਗ ਦੀ ਮਦਦ ਨਾਲ ਆਪਣੀ ਨੰਬਰਿੰਗ ਨੂੰ ਲਿਖ ਸਕਦੇ ਹਾਂ। ਇਸੇ ਤਰੀਕੇ ਨਾਲ ਅਸੀਂ ਉਦਾਹਰਨ ਵਜੋਂ 1 ਅਤੇ 2 ਇਸ ਵਿੱਚ ਅਸੀਂ ਓਨਲੀ 10 ਸਟੂਡੈਂਟਸ ਨੂੰ ਉਦਾਹਰਨ ਵਜੋਂ ਲੈ ਰਹੇ ਹਾਂ। ਇਸ ਵਿੱਚ ਅਗਰ ਤੁਸੀਂ ਚਾਹੋ ਤਾਂ ਤੁਸੀਂ 50 ਤੱਕ ਵੀ ਇਸ ਨੰਬਰਿੰਗ ਨੂੰ ਲਿਜਾ ਸਕਦੇ ਹੋ ਇਸ ਦੀ ਮਦਦ ਨਾਲ, ਪਰ ਅਸੀਂ 10 ਤੱਕ ਹੀ ਲਵਾਂਗੇ। ਇਸ ਤੋਂ ਬਾਅਦ ਅਸੀਂ ਨੇਮ ਲਿਖਾਂਗੇ, ਲਾਈਕ ਰਜੇਸ਼, ਰਮੇਸ਼, ਹਰੀ, ਦਿਨੇਸ਼, ਕੁਲਵਿੰਦਰ, ਹਰੀਸ਼, ਹਰਸ਼, ਪ੍ਰਿੰਸ, ਰਾਮ, ਦਿਨੇਸ਼। ਜਿੱਦਾਂ ਕਿ ਉਦਾਹਰਨ ਵਜੋਂ ਇਸ ਨੂੰ ਅਸੀਂ ਰੱਖ ਰਹੇ ਹਾਂ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਚਰਡੇ, ਸੰਡੇ। ਸੰਡੇ ਦਾ ਕਲਰ ਅਸੀਂ ਚੇਂਜ ਕਰ ਲੱਗੇ ਹਾਂ। ਇਸ ਵਿੱਚ ਜਾ ਕੇ ਫਾਰਮੈਟ ਦੇ ਵਿੱਚ, ਸੈਲਸ ਦੇ ਵਿੱਚ ਜਾ ਕੇ, ਪੈਟਰਨਸ ਦੇ ਵਿੱਚ ਜਾ ਕੇ ਇਸ ਦਾ ਕਲਰ ਅਸੀਂ ਬਲੂ ਰੱਖ ਰਹੇ ਹਾਂ। ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਚਰਡੇ, ਸੰਡੇ। ਅਗਰ ਤੁਸੀਂ ਚਾਹੋ ਤਾਂ ਇਸ ਜਗ੍ਹਾ ਤੋਂ ਵੀ ਕਲਰ ਨੂੰ ਚੇਂਜ ਕਰ ਸਕਦੇ ਹੋ। ਫਿਰ ਹੁਣ ਸਾਡੇ ਕੋਲ 1 ਮੰਥ ਦੇ ਵਿੱਚ ਸੰਡੇ ਤੁਸੀਂ ਦੇਖ ਰਹੇ ਹੋ 4 ਸੰਡੇ ਹਨ, 1, 2, 3 ਅਤੇ 4। ਹੁਣ ਅਸੀਂ ਅਟੈਂਡੈਂਸ ਲਗਾਉਣ ਜਾ ਰਹੇ ਹਾਂ, ਲਾਈਕ ਪ੍ਰੈਜੈਂਟ, 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 ਐਬਸੈਂਟ, ਲੀਵ, ਪ੍ਰੈਜੈਂਟ, 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 ਐਬਸੈਂਟ, ਲੀਵ, ਲੀਵ, ਪ੍ਰੈਜੈਂਟ, ਪ੍ਰੈਜੈਂਟ, ਐਬਸ, ਲੀਵ, ਪ੍ਰੈਜੈਂਟ, ਐਬਸੈਂਟ, ਲੀਵ, ਪ੍ਰੈਜੈਂਟ,
एबसेंट, लीव, प्रेजेंट, प्रेजेंट, लीव, लीव, एबसेंट, प्रेजेंट। हुण अगर तुसी लाइक तुसी देख रहे हो कि 1 2 3 4 5 6 जो के सेल दे राइट साइड आ रहा है ते प्रेजेंट एबसेंट जो के अटेंडेंस है वो सेल दे राइट साइड आ रही है, असी इस दा सीक्वेंस नू सेट कर लिए। इसनों सिलेक्ट करांगे, फिर फॉर्मेट दे विच जाके सेल्स ते क्लिक करांगे, अलाइनमेंट, जर्नल, लेफ्ट इंडेंट, लाइक सेंटर दे विच तुसी सारा करना चाहो ओके करोगे ते सारा दा सारा सेंटर दे विच आ जाएगा। इस विचों हुण असी एबसेंट डे लाइक प्रेजेंट डे, टोटल लीव डे, टोटल लेक्चर, पहला एबसेंट डे देखांगे कि राजेश ने किन्ने दिन प्रेजेंट होया, किन्ने दिन एबसेंट रहा ते किन्ने वारी उन्हें 1 मंथ दे अंदर लीव दिती। सब तो पहला असी इक्वल साइन दा इस्तेमाल करांगे, उस तो बाद असी काउंट लिखांगे, उस तो बाद इफ, फिर ब्रैकेट नू शुरू करांगे, इस तो बाद असी रेंज नू सिलेक्ट करांगे। रेंज नू सिलेक्ट कर ली असी रेंज सिलेक्ट कर रहे हां सी तों। तुसी अपने माउस दी मदद नाल जिद्दां असी तुहानू सिलेक्ट करना, इस नू पहला भी तुहानू सिखा चुके हां कि इस नू किस तरीके नाल सिलेक्ट करना है। हुण तुसी देखिया कि असी फर्स्ट डे तो लैके 31 डे तक रेंज नू सिलेक्ट किया है। इस तो बाद तुसी उस दे अगे कॉमा दा यूज करांगे, फिर इनवर्टेड कॉमा, फिर असी जिद्दां कि असी एबसेंट डे काउंट कर लगे हां फिर असी ए लाइक एबसेंट दा ए जो कि असी इस जगह लगाया है ए एबसेंट डे लई यूज किया है, तो एल फॉर असी लीव लई यूज किया है, तो पी फॉर असी प्रेजेंटली यूज किया है। इस तो बाद असी इनवर्टेड कॉमा नू क्लोज करांगे ते तुसी देखिया कि एबसेंट डे हन 5। हुण असी बिल्कुल इसे तरीके नाल ही असी राजेश दे प्रेजेंट डे देखांगे कि वह किन्ने दिन प्रेजेंट रहा, उस लिए असी फिर सेम फार्मूले का इस्तेमाल करांगे, काउंट, इफ, उस बाद ब्रैकेट स्टार्ट, फिर असी रेंज सिलेक्ट करांगे फर्स्ट डे तो 31 डे, उस तो बाद असी कॉमा, उस तो बाद इनवर्टेड कॉमा, प्रेजेंट डे पी, उस तो बाद इनवर्टेड कॉमा क्लोज, फिर एंटर करांगे तो 14 डे जो राजेश है 14 डे राजेश प्रेजेंट रहा। हुण असी लीव डे बिल्कुल उस तरह ही करांगे, इक्वल द साइन, उस तो बाद काउंट, उस तो बाद इफ, उस तो बाद ब्रैकेट ओपन, फिर असी रेंज सिलेक्ट करांगे 1 डे तो 31 डे तक, उस तो बाद ब्रैकेट, उस तो बाद कॉमा, उस तो बाद इनवर्टेड कॉमा ओपन, एल लीव, उस तो बाद इनवर्टेड कॉमा क्लोज, फिर एंटर करांगे तां तुसी देख रहे हो कि एबसेंट डे हन 5, प्रेजेंट डे हन 14 ते लीव डे हन 8। हुण असी देखांगे टोटल लैक्चर राजेश दे किन्ने हन, इज इक्वल सम, उस तो बाद असी एबसेंट डे, प्रेजेंट डे ते लीव डे दी सेल नू सिलेक्ट करांगे, उस तो बाद 27 टोटल लैक्चर हन 27, टोटल 27 लैक्चर हन जिस विचों राजेश 5 दिन एबसेंट रहा ते 14 दिन प्रेजेंट होया ते लीव उसने लई 8। इस तरीके नाल असी स्टूडेंट्स अटेंडेंस लिस्ट तैयार करते हाँ। हुण बिल्कुल अगर तुसी रमेश दी अटेंडेंस आपां लगाउने हाँ लाइक पी पी ए लीव
पी मीन्स प्रेजेंट, लीव मीन्स जिदा कि असं तुम पहला दस चुके हाँ लीव, फिर लीव पी 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 प्रेजेंट, उस तो बाद एबसेंट, प्रेजेंट लीव, प्रेजेंट एबसेंट लीव, एबसेंट प्रेजेंट लीव, इस तो बाद एबसेंट डे प्रेजेंट डे। हुण असी इस जगह सानूं दोबारा फार्मूला लगाउण दी जरूरत नहीं है, असी इस नूं ड्रैग करके नीचे करांगे। सिक्स एबसेंट, रमेश दियां सिक्स एबसेंट हन, रमेश सिक्स डे एबसेंट रहा। फिर 14 ते असी प्रेजेंट डे देखांगे किन्ने दिन प्रेजेंट रहा। इस कॉर्नर तो असी इस सैल नूं सिलेक्ट करके नीचे नूं ड्रैग करांगे। 14 डे प्रेजेंट रहा ते लीव डे 7 ते टोटल लेक्चर सन 27। 27 लेक्चर चों जो सेकंड रोल नंबर है वह भी 14 डे ने प्रेजेंट रहा, तो एबसेंट डे उसके हैं 6 ते लीव डे हैं 7। तुसीं जिदा देख रहे हो एबसेंट डे 6 हैं, असी इस नूं काउंट करांगे जिस नाल कि तुहानूं क्लीयर हो जाए कि फार्मूला बिल्कुल एक्चुअल तरीके नाल काम करता है। एक बारी तुसीं इस जगह देख रहे हो एबसेंट ए हो गया 1, 2, 3, 4, 5, 6 एबसेंट डे हन 6। इस तरीके नाल असी जिन्ने भी स्टूडेंट दी अगर अटेंडेंस लिस्ट लगानी होए जां क्रिएट करनी होए तो असी इस तरीके नाल स्टूडेंट अटेंडेंस लिस्ट क्रिएट कर सकते हाँ। ਇਹ ਸੀ ਸਟੂਡੈਂਟ ਅਟੈਂਡੈਂਸ ਲਿਸਟ ਜੋ ਅਸੀਂ ਤੁਹਾਨੂੰ ਸਿਖਾ ਚੁੱਕੇ ਹਾਂ, ਤੁਸੀਂ ਇਸ ਨੂੰ ਬਿਹਤਰੀਨ ਤਰੀਕੇ ਨਾਲ ਇਸ ਦੀ ਪ੍ਰੈਕਟਿਸ ਕਰੋ।